ਪਾਕਿਸਤਾਨ ਤੋਂ ਭਾਰਤ ਪੁੱਜੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਬਾਬੇ ਨਾਨਕ ਦੇ ਦਰ ਤੋਂ ਖੁਸ਼ੀਆਂ ਹੀ ਖੁਸ਼ੀਆਂ ਲੈ ਕੇ ਆਇਆ ਹਾਂ। ਅਜੀਤ ਵੈਬ ਟੀਵੀ ਲਈ ਸੁਰਿੰਦਰ ਸਿੰਘ ਬਰਪਾਲ ਦੇ ਨਾਲ ਖਾਸ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ, ਬਾਬੇ ਨਾਨਕ ਦੇ ਦਰ ਤੋਂ ਮੈਂ ਇੰਨੀਆਂ ਖੁਸ਼ੀਆਂ ਲੈ ਕੇ ਆਇਆ, ਇੰਨੀਆਂ ਖੁਸ਼ੀਆਂ ਲੈ ਕੇ ਆਇਆ ਕਿ ਸ਼ਬਦ ਬਖਾਨ ਨਹੀਂ ਕਰ ਸਕਦੇ। ਉਹਦੇ ਨਾਲ ਇਹੋ ਜਿਹੀਆਂ ਉਮੀਦਾਂ ਲੈ ਕੇ ਆਇਆ, ਐਸੀ ਤ੍ਰਿਪਤੀ ਲੈ ਕੇ ਆਇਆ। ਮੈਂ ਅੱਜ 3-4 ਘੰਟੇ ਗੁਰਦੁਆਰਾ ਸਾਹਿਬ ਸੀ ਅਤੇ ਮੈਂ ਇਕੱਲਾ ਹੀ ਗਿਆ ਸੀ। ਤੈਨੂੰ ਸ਼ਾਇਦ ਪਤਾ ਨਹੀਂ ਹੋਣਾ, ਪਤਾ? ਹਾਂ ਪਤਾ। ਅੱਛਾ ਚਲੋ ਠੀਕ ਹੈ, ਉਹ ਗੱਲ ਨਿਕਲ ਗਈ। ਮੈਂ ਜਦੋਂ ਬਾਬੇ ਦੇ ਦਰ ਦੇ ਉੱਤੇ ਗਿਆ ਅਤੇ ਅਸ਼ਰੂ ਵਹਿਣ ਲੱਗ ਗਏ, ਕਿਉਂਕਿ ਮੇਰੇ ਮਾਂ ਪਿਓ ਉੱਥੇ ਜਾਣਾ ਚਾਹੁੰਦੇ ਸੀ, ਉਹ ਨਹੀਂ ਜਾ ਸਕੇ। ਅਤੇ ਮੈਨੂੰ ਆਪਣੀ ਮਾਂ ਬੜੀ ਯਾਦ ਆਈ, ਆਪਣਾ ਬਜ਼ੁਰਗ ਬੜਾ ਯਾਦ ਆਇਆ। ਅਤੇ ਜਦੋਂ ਮੈਂ ਅੰਦਰ ਧਿਆਨ 'ਚ ਬੈਠਾ ਅਤੇ ਇੰਨੀ ਊਰਜਾ, ਯਾਦ ਮੈਂ ਕਦੇ ਕੈਲਾਸ਼ ਦੇਖੀ ਸੀ ਜਾਂ ਮਾਤਾ ਵੈਸ਼ਨੋ ਦੇਵੀ, ਕਦੇ ਕਦੇ ਮਹਿਸੂਸ ਕਰਦਾ, ਦਰਬਾਰ ਸਾਹਿਬ ਮਹਿਸੂਸ ਕਰਦਾ, ਉਸ ਤੋਂ ਵੀ ਕਿਤੇ ਹੀ ਜ਼ਿਆਦਾ ਮੈਨੂੰ ਊਰਜਾ ਮਹਿਸੂਸ ਹੋਈ। ਮੈਨੂੰ ਲੱਗਿਆ ਯਾਰ ਆਹ ਕੀ ਹੈ, ਕੋਈ ਸਮੁੰਦਰ ਹੈ ਊਰਜਾ ਦਾ ਜਿਹੜਾ ਮੇਰੇ ਅੰਦਰ ਐਂ ਮਤਲਬ ਉਮੜ ਰਿਹਾ, ਉਰਦਗਾਮੀ ਹੋ ਰਿਹਾ। ਅਤੇ ਅੱਖਾਂ 'ਚੋਂ ਅਸ਼ਰੂ ਐਂ ਪਏ, ਪਤਾ ਨਹੀਂ ਯਾਰ ਕੋਈ ਮਤਲਬ ਕਾਇਨਾਤ ਹੀ ਸਿਮਟ ਕੇ ਆ ਗਈ ਹੁੰਦੀ ਹੈ। ਜਦੋਂ ਲੰਗਰ ਛਕਿਆ, ਉਹ ਕਹਿੰਦੇ ਜੀ ਇਹ ਬਾਬਾ ਜੀ ਨੇ ਜਿੱਥੇ ਹਲ ਚਲਾਇਆ 18 ਸਾਲ, ਇਹ ਉਹਨਾਂ ਖੇਤਾਂ ਦੀ ਕਣਕ ਹੈ। ਇੰਨੀ ਮਿੱਠੀ ਰੋਟੀ ਸੀ ਕਿ ਜ਼ਿੰਦਗੀ ਦੀ ਸਾਰੀ ਕੜਵਾਹਟ ਮਿਟ ਗਈ। ਜਦ ਮੈਂ ਛੋਲੇ ਖਾਈ ਦੇ, ਉਹ ਚਿੱਟੇ ਐਡੇ ਐਡੇ ਵੱਡੇ ਹੁੰਦੇ ਆ, ਹੈਂ ਉਹ ਇੰਨੇ ਇੰਨੇ ਛੋਟੇ ਛੋਟੇ ਸੀ, ਮਿੱਠੇ। ਮੇਰਾ ਜੀ ਕਰੇ ਵੀ ਮੈਂ ਸਾਰੀ ਬਾਲਟੀ ਬੁਲਟੀ ਮੁਕਾ ਦਿਆਂ, ਮੈਂ ਖਾਈ ਤੁਰੀ ਗਿਆ, ਬਾਕੀ ਸਾਰਿਆਂ ਦਾ ਬੰਦ ਬੁੰਦ ਕਰ। ਪਤਾ ਨਹੀਂ ਮੈਨੂੰ ਕਿੰਨੀ ਕੁ ਭੁੱਖ ਲੱਗੀ ਸੀ ਕਿ ਉਦੋਂ ਬਾਅਦ ਮੈਂ ਰੋਟੀ ਨਹੀਂ ਖਾ ਸਕਿਆ। ਮੈਨੂੰ ਉਹਨਾਂ ਨੇ ਉੱਥੇ ਦੁਪਹਿਰੀ ਮੈਨੂੰ ਬੜਾ ਕਿਹਾ, ਮੈਂ ਯਾਰ ਮੈਂ ਜਿਹੜਾ ਲੰਗਰ ਖਾ ਲਿਆ, ਮੈਨੂੰ ਐਂ ਲੱਗਦਾ ਮੇਰੀ ਸਾਰੀ ਉਮਰ ਦੀ ਭੁੱਖ ਮਿਟਾਤੀ। ਹੈਂ ਫਿਰ ਅੰਦਰ ਮੈਨੂੰ ਇੱਕ ਐਸਾ ਅਹਿਸਾਸ ਹੋਇਆ, ਇਹੋ ਜਿਹਾ ਕੁਛ ਦਿਖਿਆ ਕਿ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ, ਨਾ ਮੈਂ ਕਹਾਂ ਨਾ ਮੈਂ ਦੱਸਾਂ, ਲੇਕਿਨ ਬਹੁਤ ਸ਼ੁਭ ਸੰਕੇਤ। ਪਰਿਵਾਰ ਵਾਸਤੇ ਕੀ ਲੈ ਕੇ ਆਏ ਹੋ? ਮੈਂ ਨੋਨੀ ਦੇ ਵਾਸਤੇ, ਆਪਣੀ ਘਰਵਾਲੀ ਦੇ ਵਾਸਤੇ ਬਾਬੇ ਨਾਨਕ ਦੇ ਖੇਤਾਂ ਦੀ ਮਿੱਟੀ ਲੈ ਕੇ ਆਇਆ ਅਤੇ ਮੈਂ ਆਪਣੇ ਮੱਥੇ ਨੂੰ ਲਾਈ, ਆਪਣੇ ਵਾਲਾਂ 'ਚ ਵੀ ਸਿੱਟੀ ਹੈ ਅਤੇ ਮੈਂ ਨਹਾਉਣਾ ਨਹੀਂ ਅੱਜ, ਸਵੇਰੇ ਹੀ ਨਹਾਉਂਗਾ ਹੁਣ ਮੈਂ। ਅਤੇ ਮੈਂ ਹੱਥ ਵੀ ਨਹੀਂ ਧੋਤੇ, ਜਿਹਨਾਂ ਨਾਲ ਮੈਂ ਮੂਲ ਮੰਤਰ ਮੇਰੀ ਮਾਂ ਨੇ ਮੈਨੂੰ ਸਿਖਾਇਆ ਸੀ, ਮੈਂ ਮੂਲ ਮੰਤਰ ਜਪਦੇ ਜਪਦੇ ਨੇ ਉਹ ਮਿੱਟੀ ਚੁੱਕੀ ਹੈ। ਅਤੇ ਮੈਂ ਕਹਿੰਦਾ ਸੋਚ ਨਹੀਂ ਸਕਦਾ ਤੂੰ ਕਿ ਮੈਨੂੰ ਕੀ ਮਹਿਸੂਸ ਹੁੰਦਾ ਹੈ। ਹਾਂਜੀ, ਗੰਨੇ ਲੈ ਕੇ ਆਇਆ ਦੋ ਉੱਥੋਂ ਬਾਬੇ ਦੇ ਖੇਤਾਂ ਦੇ, ਜਿਹੜੀ ਉਹ ਜਿਹੜੀ ਉਹਨਾਂ ਦੇ ਗੁਰਦੁਆਰੇ ਦੇ ਨਾਲ ਜ਼ਮੀਨ ਹੈ ਉੱਥੇ ਇੱਖ ਲੱਗੇ ਸੀ। ਉਹ ਮੈਨੂੰ ਕਹਿੰਦਾ ਪੱਟਦੇ ਹਾਂ, ਮੈਂ ਹਾਂ ਪੱਟਦੇ ਹਾਂ। ਉਹਦਾ ਗੁੜ ਬਣਿਆ, ਮੈਂ ਗੁੜ ਵੀ ਲੈ ਕੇ ਆਇਆ, ਜੋ ਕੁਛ ਬਾਬੇ ਦੇ ਨਾਂ ਦੇ ਨਾਲ ਜੁੜਿਆ ਹੋਇਆ। ਇੱਕ ਚੀਜ਼ ਮੈਂ ਚੀਫ ਮਿਨਿਸਟਰ ਸਾਹਿਬ ਦੇ ਲਈ ਵੀ ਲੈ ਕੇ ਆਇਆ, ਉਹ ਮੈਂ ਦੱਸਣੀ ਨਹੀਂ। ਦੱਸ ਦਿਓ ਤਿਆਰੀ ਤੁਰੀ? ਹਾਂ ਨਹੀਂ, ਉਹਨਾਂ ਦੇ ਮਤਲਬ ਉਹਨਾਂ ਦੇ ਫੋਨ 'ਤੇ ਨਾ ਇੱਕ ਕਾਲਾ ਤਿੱਤਰ ਬੋਲਦਾ, ਚੀਲੂ 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 ਚੀਲੂ, ਦੇਖਿਆ ਨਹੀਂ ਜਦੋਂ ਵੀ ਫੋਨ ਆਉਂਦਾ ਉਹਨਾਂ ਦੇ, ਚੀਲੂ 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 ਚੀਲੂ। ਅਤੇ ਉਹਨਾਂ ਲਈ ਮੈਂ ਕਾਲਾ ਤਿੱਤਰ ਲੈ ਕੇ ਆਇਆ, ਬਹੁਤ ਸੋਹਣਾ, ਮਤਲਬ ਐਂ ਖੜਾ ਕਾਲਾ ਤਿੱਤਰ ਹੈ ਉਹਨਾਂ ਦੇ ਉੱਥੇ ਸੀ। ਉਹ ਕਿਸੇ ਨੇ ਮੈਨੂੰ ਦਿੱਤਾ, ਮੈਂ ਸੋਚਿਆ ਮੈਂ ਚੀਫ ਮਿਨਿਸਟਰ ਸਾਹਿਬ ਲਈ ਲੈ ਕੇ ਜਾਵਾਂ। ਉਹ ਨਾਰਾਜ਼ ਸੀ ਇਹਦੇ ਨਾਲ, ਖੁਸ਼ ਹੋ ਜਾਣਗੇ? ਦੇਖੋ ਯਾਰ, ਵੱਡੇ ਨਾਰਾਜ਼ ਹੁੰਦੇ ਆ, ਹੋਰ ਐਨ ਉਹਦਾ ਕੋਈ ਮੈਨੂੰ ਕੋਈ ਫਰਕ ਨਹੀਂ। ਪੋਜ਼ਿਟਿਵ ਐਨਰਜੀ ਦੇ ਵਿੱਚ ਨਜ਼ਰ ਆ ਰਹੇ ਹੋ, ਕੀ ਕੁਝ ਭਵਿੱਖ 'ਚ ਬਣਾਵਾਂਗੇ ਤੁਸੀਂ? ਮੇਰੀ ਗੱਲ ਨੂੰ ਸੁਣੋ, ਇਹ ਲਾਂਘਾ ਲਾਂਘਾ ਨਹੀਂ ਹੈ, ਇਹ ਬਾਬੇ ਨਾਨਕ ਦਾ ਪਾਰਸ ਹੈ। ਮਿੱਟੀ ਨੂੰ ਛੂ ਸੋਨਾ ਬਣਾਓ, ਨਾਰੋਵਾਲ ਜਾ ਕੇ ਪੁੱਛ ਕਿੰਨੇ ਖੁਸ਼ ਨੇ ਲੋਕ, ਜ਼ਿੰਦਗੀਆਂ ਬਦਲ ਗਈਆਂ ਉਹਨਾਂ ਦੀ, ਆਤਮ ਨਿਰਭਰ ਹੋ ਗਏ। 2-2 ਲੱਖ ਦੀ ਜਿਹੜੀ ਕਿੱਲਾ ਜ਼ਮੀਨ ਸੀ ਨਾ, ਉੱਥੇ 20-20 ਲੱਖ ਅੱਜ ਹੀ ਕਹੀ ਜਾਂਦੇ ਹੋ, ਸਮਝਦਾ ਮੇਰੀ ਗੱਲ? ਖੁਸ਼ਹਾਲੀ ਆਓ। ਦੇਖੋ ਸਭ ਤੋਂ ਵੱਡਾ ਰੱਬ ਹੁੰਦਾ ਪੇਟ, ਪੇਟ 'ਚ ਰੋਟੀ ਨਾ ਹੋਵੇ ਤਾਂ ਰੱਬ ਵੀ ਯਾਦ ਨਹੀਂ ਆਉਂਦਾ। ਅਤੇ ਉਹਨਾਂ ਨੇ ਦੇਖੀ ਤੂੰ ਕਿੱਦਾਂ ਬਦਲਣਾ। ਅਤੇ 1 ਲੱਖ ਹੋਰ ਇਹੋ ਜਿਹੇ ਦਰਵਾਜ਼ੇ ਖੁੱਲ੍ਹਣੇ ਆ ਮਿੱਤਰਾ, ਖਿੜਕੀਆਂ ਹੀ ਖਿੜਕੀਆਂ ਖੁੱਲ੍ਹਣੀਆਂ ਨੇ, ਪਤਾ ਨਹੀਂ ਕੀ ਮਿਲਣਾ। ਔਰ ਬਾਬੇ ਨਾਨਕ ਦਾ ਨਾਮ, ਮਤਲਬ ਇਸ ਤੋਂ ਉੱਤੇ ਕੀ ਹੈ ਕਿਸੇ ਸਿੱਖ ਲਈ? ਯਾਰ ਸਾਡੀ ਜੜ ਦੇ ਨਾਲ ਸਾਨੂੰ ਜੋੜਤਾ ਹੈ ਮਦੀਨਾ ਉਹਨਾਂ ਦਾ, ਸਾਨੂੰ 71 ਸਾਲ ਤੋਂ ਮਦੀਨੇ ਨਹੀਂ ਜਾਣ ਦਿੱਤਾ ਸੀ। ਸੋ ਮੈਂ ਇਹ ਕਿਹਾ ਹੈ ਕਿ ਬਲਦੇ ਜੰਗਲਾਂ 'ਤੇ ਬਰਸਾਤ ਕਰੀਏ, ਆਉਂਦੇ ਹੋਏ ਮੈਂ ਇਹੀ ਗੱਲ ਕਹੀ ਹੈ, ਬਲਦੇ ਜੰਗਲਾਂ 'ਤੇ ਬਰਸਾਤ ਕਰੀਏ। ਲੰਮੀ ਕਾਲੀ ਰਾਤ ਸੀ, ਪ੍ਰਭਾਤ ਕਰੀਏ, ਮਿਟਾ ਦਈਏ ਇਸ ਨਫ਼ਰਤ ਨੂੰ ਅਤੇ ਬਾਬੇ ਨਾਨਕ ਦੇ ਨਾਮ ਦੇ ਨਾਲ ਇੱਕ ਚੰਗੀ ਸ਼ੁਰੂਆਤ ਕਰੀਏ। ਫੋਟੋਆਂ ਅਕਾਲੀ ਦਲ ਦੇ ਆਗੂਆਂ ਦੀਆਂ ਵਾਇਰਲ ਹੋ ਰਹੀਆਂ, ਪਰ ਨਿਸ਼ਾਨੇ 'ਤੇ ਸਿੱਧੂ ਨੇ ਅਸਤੀਫਾ ਮੰਗ ਰਹੇ ਨੇ। ਮੇਰੀ ਗੱਲ ਨੂੰ ਸੁਣੋ, ਮੇਰੀ ਗੱਲ ਨੂੰ ਸੁਣੋ, ਹਾਥੀ ਚੱਲੇ ਵਿੱਚ ਬਾਜ਼ਾਰ, ਆਵਾਜ਼ਾਂ ਆਉਣ 1000।
ਮੁਕਾਤਾ। ਸੋ ਇਹ ਸਨ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਜਿਹੜੇ ਪਾਕਿਸਤਾਨ ਤੋਂ ਅੱਜ ਵਾਪਸ ਪਰਤੇ ਨੇ ਅਤੇ ਉਹਨਾਂ ਨੇ ਆਪਣੇ ਤਜ਼ਰਬੇ ਜਿਹੜੇ ਉੱਥੋਂ ਦੇ ਸ਼ੇਅਰ ਕੀਤੇ ਨੇ ਅਤੇ ਬੜੇ ਪੋਜ਼ਿਟਿਵ ਐਨਰਜੀ ਦੇ ਵਿੱਚ ਉਹ ਨਜ਼ਰ ਆ ਰਹੇ ਨੇ ਅਤੇ ਉਹਨਾਂ ਦਾ ਕਹਿਣਾ ਹੈ ਕਿ ਉਹ ਬਾਬੇ ਨਾਨਕ ਦੀ ਧਰਤੀ ਦੇ ਉੱਤੋਂ ਖਾਸ ਤੌਰ 'ਤੇ ਆਪਣੀ ਘਰਵਾਲੀ ਨਵਜੋਤ ਕੌਰ ਸਿੱਧੂ ਦੇ ਲਈ ਮਿੱਟੀ ਲੈ ਕੇ ਆਏ ਨੇ ਅਤੇ ਦੋ ਗੰਨੇ ਲੈ ਕੇ ਆਏ ਨੇ ਜਿਸ ਦੇ ਵਿੱਚ ਅਪਾਰ ਬਰਕਤ ਦੇਖਦੇ ਨੇ ਅਤੇ ਗੁਰੂ ਸਾਹਿਬ ਦੀ ਕਿਰਪਾ ਦੇਖਦੇ ਨੇ। ਕੈਮਰਾਮੈਨ ਜਤਿੰਦਰ ਸਿੰਘ ਦੇ ਨਾਲ ਸੁਰਿੰਦਰਪਾਲ ਸਿੰਘ ਗੁਰਪਾਲ, ਅੰਮ੍ਰਿਤਸਰ।